ਦੱਸੇ ਕਿ ਪ੍ਰਾਣਵ ਮੁਖਰਜੀ ਨੂੰ ਕੋਰੋਨਾ ਹੋਇਆ। ਪ੍ਰਾਣਵ ਮੁਖਰਜੀ ਸਾਬਕਾ ਰਾਸ਼ਟਰਪਤੀ ਨੂੰ ਕੋਰੋਨਾ ਹੋਇਆ। ਕੋਰੋਨਾ ਰਿਪੋਰਟ ਇਹਨਾਂ ਦੀ ਪੋਜ਼ਿਟਿਵ ਆਈ ਹੈ। ਸਾਬਕਾ ਰਾਸ਼ਟਰਪਤੀ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪ੍ਰਾਣਵ ਮੁਖਰਜੀ ਨੂੰ। ਦੱਸੇ ਕਿ ਸੰਪਰਕ ਚ ਆਏ ਲੋਕ ਵੀ ਆਪਣੀ ਜਾਂਚ ਕਰਾ ਲੈਣ ਕਿਹਾ ਜਾ ਰਿਹਾ। ਸੰਪਰਕ ਚ ਆਏ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੁਆਰੰਟਾਈਨ ਹੋ ਜਾਣ। ਸੋ ਨਾਲ ਦੇ ਲੋਕਾਂ ਨੂੰ ਟੈਸਟ ਕਰਾਉਣ ਦੀ ਅਪੀਲ ਕੀਤੀ ਗਈ ਹੈ। ਵੱਡੀ ਖਬਰ ਇਹ ਹੈ ਕਿ ਪ੍ਰਾਣਵ ਮੁਖਰਜੀ ਦੀ ਰਿਪੋਰਟ ਕੋਰੋਨਾ ਦੀ ਪੋਜ਼ਿਟਿਵ ਆਈ ਹੈ। ਇਸ ਤੋਂ ਪਹਿਲਾਂ ਦੱਸ ਦਈਏ ਕਿ ਅਮਿਤ ਸ਼ਾਹ ਜੋ ਗ੍ਰਹਿ ਮੰਤਰੀ, ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਸੀ। ਹਾਲਾਂਕਿ ਕਿਹਾ ਜਾ ਰਿਹਾ ਕਿ ਹੁਣ ਉਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਅਤੇ ਉਹ ਠੀਕ ਨੇ। ਪਰ ਉੱਥੇ ਹੀ ਹੁਣ ਵੱਡੀ ਖਬਰ ਆ ਰਹੀ ਹੈ ਕਿ ਪ੍ਰਾਣਵ ਮੁਖਰਜੀ ਦੀ ਰਿਪੋਰਟ ਵੀ ਪੋਜ਼ਿਟਿਵ ਆਈ ਹੈ। ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ ਪ੍ਰਾਣਵ ਮੁਖਰਜੀ ਦੀ, ਔਰ ਉਹਨਾਂ ਨੇ ਖੁਦ ਟਵੀਟ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ ਹੈ। ਪ੍ਰਾਣਵ ਮੁਖਰਜੀ ਨੇ ਖੁਦ ਟਵੀਟ ਕੀਤਾ ਔਰ ਇਸਦੇ ਬਾਬਤ ਜਾਣਕਾਰੀ ਦਿੱਤੀ ਔਰ ਕਿਹਾ ਕਿ ਸੰਪਰਕ ਚ ਆਏ ਲੋਕ ਜਿਹੜੇ ਨੇ ਉਹ ਆਪਣੀ ਜਾਂਚ ਕਰਾ ਲੈਣ ਆਖਿਰਕਾਰ ਕਿ ਜਿਹੜਾ ਉਹਨਾਂ ਦੀ ਰਿਪੋਰਟ ਹੈ, ਕਿਉਂਕਿ ਇਸਦਾ ਵੱਡਾ ਖਤਰਾ ਇਹ ਹੈ ਕਿ ਇਸਦੇ ਸਿਮਟਮਸ ਨਹੀਂ ਆਉਂਦੇ। ਸੰਪਰਕ ਦੇ ਵਿੱਚ ਆਏ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੁਆਰੰਟਾਈਨ ਹੋ ਜਾਣ, ਦੂਰੀ ਬਣਾ ਕੇ ਰੱਖ ਲੈਣ ਲੋਕਾਂ ਤੋਂ, ਕਿਉਂਕਿ ਇਸਦੇ ਫੈਲਾਅ ਦਾ ਜ਼ਿਆਦਾ ਖਤਰਾ ਹੁੰਦਾ ਹੈ ਔਰ ਜ਼ਿਆਦਾਤਰ ਜੇਕਰ ਲੋਕ ਉਹ ਬਾਹਰ ਘੁੰਮਦੇ ਰਹੇ ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਹੋਏ ਤਾਂ ਫਿਰ ਉਹਨਾਂ ਨੂੰ ਖਤਰਾ ਜ਼ਿਆਦਾ ਵੱਧ ਜਾਂਦਾ ਹੈ। ਸੋ ਨਾਲ ਦੇ ਲੋਕਾਂ ਨੂੰ ਟੈਸਟ ਕਰਾਉਣ ਦੀ ਅਪੀਲ ਕੀਤੀ ਗਈ ਹੈ। ਵੱਡੀ ਖਬਰ, ਪ੍ਰਾਣਵ ਮੁਖਰਜੀ ਸਾਬਕਾ ਰਾਸ਼ਟਰਪਤੀ ਜਿਨ੍ਹਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ, ਜਿਨ੍ਹਾਂ ਨੂੰ ਕੋਰੋਨਾ ਹੋਇਆ, ਕੋਰੋਨਾ ਦੀ ਰਿਪੋਰਟ ਪੋਜ਼ਿਟਿਵ ਆਈ ਪ੍ਰਾਣਵ ਮੁਖਰਜੀ ਦੀ, ਔਰ ਸਵਾਲ ਕਈ ਵੱਡੇ ਖੜੇ ਹੁੰਦੇ ਨੇ, ਕਿਉਂਕਿ ਅਗਰ ਉਮਰ ਦੀ ਗੱਲ ਕਰੀਏ ਤਾਂ ਉਮਰ ਦੇ ਹਿਸਾਬ ਦੇ ਨਾਲ ਖਤਰਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਵੱਧ ਜਾਂਦਾ ਹੈ। ਉਮਰ ਦੇ ਲਿਹਾਜ਼ ਦੇ ਨਾਲ ਜ਼ਿਆਦਾ ਗੌਰ ਫਰਮਾਨ ਦੀ ਜ਼ਰੂਰਤ ਹੋਏਗੀ ਪ੍ਰਾਣਵ ਮੁਖਰਜੀ ਹੋਰਾਂ ਨੂੰ। ਸੋ ਨਾਲ ਦੇ ਲੋਕਾਂ ਨੂੰ ਟੈਸਟ ਕਰਾਉਣ ਦੀ ਅਪੀਲ ਕੀਤੀ ਗਈ ਹੈ ਕਿ ਸਭ ਆਪਣਾ ਧਿਆਨ ਰੱਖਣ ਔਰ ਕੁਆਰੰਟਾਈਨ ਹੋ ਜਾਣ ਔਰ ਆਪਣਾ ਟੈਸਟ ਜ਼ਰੂਰ ਕਰਾ ਲੈਣ। ਸੋ ਪ੍ਰਾਣਵ ਮੁਖਰਜੀ ਨੂੰ ਕੋਰੋਨਾ ਹੋਇਆ, ਵੱਡੀ ਖਬਰ ਇਸ ਵੇਲੇ ਦੀ, ਔਰ ਉਹਨਾਂ ਦੀ ਉਮਰ ਦੇ ਲਿਹਾਜ਼ ਦੇ ਨਾਲ ਜ਼ਿਆਦਾ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੋਏਗੀ, ਜ਼ਿਆਦਾ ਇਹਤਿਆਤ ਵਰਤਣ ਦੀ ਲੋੜ ਹੋਏਗੀ, ਕਿਉਂਕਿ ਇਮਿਊਨਿਟੀ ਸਿਸਟਮ ਜਿਹੜਾ ਉਹ 50-55 ਦੀ ਉਮਰ ਤੋਂ ਬਾਅਦ ਕਾਫੀ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ ਔਰ ਉਸਦੀ ਮਜ਼ਬੂਤੀ ਦੇ ਲਈ ਕਾਫੀ ਕੁਛ ਕਰਨਾ ਹੁੰਦਾ। ਸੋ ਕੋਰੋਨਾ ਜਿਹੜਾ ਜ਼ਿਆਦਾਤਰ ਬਜ਼ੁਰਗ ਲੋਕਾਂ ਨੂੰ ਹੀ ਮਾਰ ਰਿਹਾ। ਸੋ ਇਸ ਕਰਕੇ ਬਹੁਤ ਹੀ ਜ਼ਿਆਦਾ ਆਪਣਾ ਧਿਆਨ ਰੱਖਣ ਦੀ ਜ਼ਰੂਰਤ ਹੋਏਗੀ ਪ੍ਰਾਣਵ ਮੁਖਰਜੀ ਨੂੰ ਵੀ ਔਰ ਉਹਨਾਂ ਹੋਰ ਬਜ਼ੁਰਗ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਰਿਪੋਰਟ ਆਉਂਦੀ ਹੈ ਪੋਜ਼ਿਟਿਵ। ਸੋ ਫਿਲਹਾਲ ਵੱਡੀ ਖਬਰ ਦੱਸੀ ਕਿ ਕਈ ਨਾਮੀ ਸ਼ਖਸੀਅਤਾਂ ਹੁਣ ਤੱਕ ਪੋਜ਼ਿਟਿਵ ਆ ਚੁੱਕੀਆਂ ਨੇ। ਅਮਿਤ ਸ਼ਾਹ ਤੋਂ ਇਲਾਵਾ ਅਮਿਤਾਭ ਬੱਚਨ ਤੋਂ ਇਲਾਵਾ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਉਹ